सुल्तानपुर लोधी दे विच किन्नू तोड़न दे उत्ते दो व्यक्तियां दे वल्लों अठवीं जमात दे विद्यार्थी नू डंडियां दे नाल बुरे तरीके दे नाल मारिया कुटिया गया। जिक्र योग है कि बच्चे नू सिविल अस्पताल दाखिल करवाया गया है जिथे उसका इलाज चल रहा है। जिक्र योग है कि जेरे इलाज बच्चे अते उसके परिवारक मैंबरां ने दस्या कि किन्नू तोड़न दे उत्ते ही इन्नी बेरहमी दे नाल मारकुट की गई है। दूजे पासे इस मामले दे उत्ते पुलिस का कहना है कि उन्हां नू अजे तक कोई शिकायत नहीं मिली है, पर मामला उन्हां दे ध्यान दे विच है। उन्हां दा कहना सी कि जो भी बनदी कारवाई होवेगी ओह अमल दे विच लियांदी जावेगी। ब्यूरो रिपोर्ट अज दी आवाज। ਸਾਲ ਸਾਡੇ ਕਾਕੇ ਦਾ ਨਾਮ ਆ ਡੇਰੇ ਸਾਹਿਬ ਦਾ, ਤੋਂ ਸਕੂਲ ਆਉਂਦਾ ਪਿਆ ਸੀ ਤੇ ਕੁਛ ਮੁੰਡਿਆਂ ਨੇ ਸ਼ਰਾਰਤ ਕੀਤੀ ਸੀ, ਕਿੰਨੂ ਕਰਨ ਤੋੜੇ ਸੀ ਇਹਨਾਂ ਨੇ। ਉਹ ਮੁੰਡੇ ਭੱਜ ਗਏ ਤੇ ਮੇਰੇ ਮੁੰਡੇ ਨੂੰ ਇਹਨਾਂ ਨੇ ਫੜ ਕੇ ਬਹੁਤ ਮਾਰਿਆ ਤੇ ਛੱਡਦੇ ਵਿੱਚ ਮੇਰੇ ਮੁੰਡੇ ਨੂੰ ਇਹਨਾਂ ਨੇ ਬਾਲਾ ਮਾਰ ਕੇ ਮੇਰੇ ਮੁੰਡੇ ਦੀ ਬਾਹ ਵੀ ਤੋੜ ਦਿੱਤੀ। ਸਾਨੂੰ ਗਰੀਬ ਆਦਮੀ ਆ, ਸਾਨੂੰ ਇਨਸਾਨ ਮਿਲਣਾ ਚਾਹੀਦਾ। ਜਿੱਦਾਂ ਮੇਰੇ ਮੁੰਡੇ ਦੀ ਬਾਹ ਤੋੜੀ ਇਹਨਾਂ ਨੇ, ਮੇਰਾ ਮੁੰਡਾ ਇਕੱਲਾ ਇਕੱਲਾ ਹੈਗਾ। ਇਹਨਾਂ ਨੇ ਚੰਗੀ ਵੀ ਕੀਤੀ ਸਾਨੂੰ ਦੱਸ ਗਏ ਆਣ ਕੇ, ਜੇ ਸਾਡੇ ਮੁੰਡੇ ਦੀ ਕੋਈ ਗਲਤੀ ਸੀ ਅਸੀਂ ਚੰਡੀਗੜ੍ਹ ਦੇ ਵਿੱਚ ਰਹਿੰਦੇ ਸੀ, ਇਹਨਾਂ ਨੂੰ ਪਤਾ ਹੀ ਸੀ ਸਾਡਾ। ਸਾਨੂੰ ਦੱਸ ਗਏ ਸੀ ਆਪਣੇ ਬੱਚੇ ਨੂੰ ਝਿੜਕਦੇ, ਸਾਡੇ ਬੱਚੇ ਨੂੰ ਆਪਣੇ ਕੋਲ ਬਾਹ ਲੈਂਦੇ। ਜੇ ਬੱਚੇ ਨੇ ਕੋਈ ਗਲਤੀ ਕੀਤੀ ਸੀ ਅਸੀਂ ਆਪੇ ਇਹਨਾਂ ਦੇ ਕੋਲੋਂ ਛਡਵਾ ਕੇ ਲੈ ਜਾਂਦੇ, ਤੇ ਅਸੀਂ ਛੱਡਦੇ ਨਹੀਂ ਸੀ। ਕੋਈ ਗਰੀਬ ਵਿਚਾਰਾ ਸਾਡੇ ਵਰਗਾ ਆਦਮੀ ਆਇਆ, ਉਹਨੇ ਛਡਾ ਕੇ ਸਾਡੇ ਬੱਚੇ ਨੂੰ ਸਾਡੇ ਘਰ ਛੱਡ ਕੇ ਗਿਆ। ਇਕੱਲਾ ਹੀ ਸੀ, ਸਾਰੇ ਨੇ ਬੱਚੇ ਭੱਜ ਗਏ ਉਹਦੇ ਇਹਦੇ ਕੋਲ, ਇਕੱਲਾ ਹੀ ਕਾਬੂ ਆ ਗਿਆ। ਬਹੁਤ ਮਾਰਿਆ ਇਹਨਾਂ ਨੇ ਮੁੰਡੇ ਨੇ, ਤੇ ਮੈਂ ਤੇ ਕੰਮ ਤੇ ਸੀ, ਮੈਨੂੰ ਰੋ ਰੋ ਕੇ ਫੋਨ ਕੀਤਾ, ਮੰਮੀ ਮੈਨੂੰ ਬਹੁਤ ਮਾਰਿਆ ਇਹਨਾਂ ਨੇ। ਹਾਂਜੀ, ਅਸੀਂ ਕੱਲ ਦੀ ਇੱਥੇ ਹੀ ਆ, ਕੰਨ ਬਹੁਤ ਲਾਲ ਕੀਤੇ ਮਾਰ ਮਾਰ ਕੇ ਚਪੇੜਾ ਇਹਨਾਂ ਨੇ। ਫਿਰ ਬਾਂਹ ਮੁੰਡਾ ਕਹਿੰਦਾ ਮੇਰੀ ਮੰਮੀ ਮਰੋੜ ਕੇ ਪਿੱਛੇ ਲਾਈ ਇਹਨਾਂ ਨੇ। ਦੇਖੋ ਬਾਂਹ ਤੋੜ ਦਿੱਤੀ, ਕਿੰਨਾ ਚਿਰ ਵਿਚਾਰਾ ਮੰਜੇ ਤੇ ਪੈ ਗਿਆ ਪੇਪਰ ਉੱਤੋਂ ਸਕੂਲੇ ਚੱਲਦੇ। ਹਾਂਜੀ, ਸਾਨੂੰ ਇਨਸਾਫ਼ ਮਿਲਣਾ ਚਾਹੀਦਾ। ਜਿੱਦਾਂ ਇਹਨਾਂ ਨੇ ਬਾਂਹ ਤੋੜੀ ਨਾ, ਬਹੁਤ ਮਾੜੀ ਕੀਤੀ ਇਹਨਾਂ ਨੇ, ਚੰਗੀ ਨੀ ਕੀਤੀ। ਹਾਂਜੀ, ਚੰਡੀਗੜ੍ਹ ਕਲੋਨੀ ਦੇ ਰੂਰਲ ਬਸਤੀ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ। ਉਹ ਕੋਈ ਝਗੜਾ ਹੋਇਆ ਜਿਹਦੇ ਸੱਟ ਲੱਗਣ ਕਾਰਨ ਉਹ ਐਡਮਿਟ ਹੈ ਸਿਵਲ ਹੋਸਪਿਟਲ ਸੁਲਤਾਨਪੁਰ ਲੋਧੀ। ਜਦੋਂ ਵੀ ਸਾਨੂੰ MLR ਆਉਂਦੀ ਹੈ ਜਾਂ ਦਰਖਾਸਤ ਆਉਂਦੀ ਹੈ, ਜੋ ਵੀ ਉਹਦੇ 'ਤੇ ਕਾਰਵਾਈ ਬਣਦੀ ਹੋਊਗੀ ਉਹ ਬਿਲਕੁਲ ਕਰ ਦਿੱਤੀ। ਜਿਹੜੇ ਸਕੂਲੇ ਤੋਂ ਪੜ੍ਹਦਾ ਜੀ ਮੈਂ, ਜਸਪਾਲ ਮੇਰਾ ਨਾਂ ਹੈ ਤੇ ਚੰਡੀਗੜ੍ਹ ਮੁੰਡਾ ਹੈ। ਕੀ ਗੱਲਬਾਤ ਹੋਈ ਕੱਲ? ਕੱਲ ਜੀ ਉੱਥੇ ਮੁੰਡੇ ਮਸਮੀਆਂ ਤੋੜਨ ਦੇ ਸੀ ਤੇ ਮੈਂ ਉੱਥੇ ਖੜ ਗਿਆ, ਉਹ ਤੇ ਭੱਜ ਗਏ ਤੇ ਮੈਨੂੰ ਉਹਨਾਂ ਨੇ ਫੜ ਲਿਆ ਦੋ ਜਾਣਿਆਂ ਨੇ, ਤੇ ਫਿਰ ਮੈਨੂੰ ਮਾਰਿਆ, ਚਪੇੜਾਂ ਮਾਰੀਆਂ, ਤੇ ਫਿਰ ਮੈਨੂੰ ਬਾਂਹ ਮਰੋੜ ਕੇ ਪਿੱਛੇ ਲਾਈ, ਤੇ ਫਿਰ ਬਾਲਾ ਮਾਰਿਆ, ਫਿਰ ਮੈਨੂੰ ਛੱਡਦੇ ਨਹੀਂ। ਫਿਰ ਕੋਈ ਭਾਈ ਆਇਆ ਤੇ ਫਿਰ ਉਹਨਾਂ ਨੇ ਛਡਾਇਆ, ਫਿਰ ਹਲੇ ਵੀ ਨਹੀਂ ਸੀ, ਫਿਰ ਉਹ ਨਹੀਂ ਛੱਡਦੇ ਸਾਨੂੰ, ਵਾਧੂ ਮਾਰਿਆ। ਫਿਰ ਭਾਈ ਛੱਡ ਕੇ ਗਿਆ ਘਰੇ, ਦੋ ਜਾਣੇ। ਹਾਂਜੀ ਹਾਂਜੀ ਪਛਾਣ ਲਾ। ਹਾਂਜੀ 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 ਮੈਨੂੰ ਇਨਸਾਨ ਦਵਾਇਆ ਜਾਵੇ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਤੁਹਾਡੀ ਬਾਂਹ ਫ੍ਰੈਕਚਰ ਹੋਈ? ਹਾਂਜੀ।